ਬੈਰੀ ਦੇ ਇੱਕ ਨਰਸਿੰਗ ਹੋਮ ਵਿੱਚ ਇੱਕ ਮਾਰੂ ਕੋਵਿਡ-19 ਆਊਟਬ੍ਰੇਕ ਹੋ ਗਿਆ ਹੈ 100 ਤੋਂ ਵੱਧ ਵਸਨੀਕਾਂ ਦੇ ਦਰਜਨਾ ਸਟਾਫ ਪੋਜ਼ਿਟਿਵ ਆਈ ਹੈਨ ਮੰਨਿਆ ਜਾ ਰਿਹਾ ਹੈ ਕਿ ਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲਾ ਇੱਕ ਰੂਪ ਇਸ ਫੈਲਾਵ ਦੇ ਪਿੱਛੇ ਹੈ ਅਤੇ ਇਹ ਖਬਰ ਸੂਬੇ ਪਾਰ ਦੀਆਂ ਲੰਮੇ ਸਮੇਂ ਦੇ ਦੇਖਭਾਲ ਵਾਲੀਆਂ ਸਹੂਲਤਾਂ ਲਈ ਚਿੰਤਾਜਨਕ ਹੈ ਕੁਝ ਆਲੋਚਕ ਇਸ ਨੂੰ ਸਰਕਾਰ ਦੀ ਟੀਕਾਕਰਨ ਦੀ ਢਿੱਲੀ ਰਣਨੀਤੀ ਦਾ ਨਤੀਜਾ ਦੱਸ ਰਹੇ ਨੇ within 48 hours we had We had 55 cases. When you have these variants that undoubtedly are circulating in the community, I mean, once they get into long-term care, they can even, you know, supercharge the spread of this virus, which could lead to these mass casualty events and these humanitarian crises. Roberta Place, long-term care staff members covid ਇਸ ਤੋਂ ਵੀ ਵਧੇਰੇ ਪਰੇਸ਼ਾਨੀ ਦਾ ਸਬਬ ਇਹ ਹੈ ਕਿ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਕੋਵਿਡ ਦਾ ਰੂਪ ਪਛਾਣਿਆ ਗਿਆ ਹੈ। ਇਹ ਨਿਰਧਾਰਿਤ ਕਰਨ ਲਈ ਕਿ ਕਿਤੇ ਇਹ ਯੂਕੇ ਸਾਊਥ ਅਫਰੀਕਾ ਜਾਂ ਬ੍ਰਾਜ਼ੀਲ ਵਿੱਚ ਉਭਰਿਆ ਰੂਪ ਤਾਂ ਨਹੀਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੇ ਕਿ ਖਾਸ ਸੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਉਹਨਾਂ ਰੂਪਾ ਵਿੱਚੋਂ ਇੱਕ ਹੋਣ ਕਰਕੇ ਹੀ ਵਾਇਰਸ ਜੰਗਲੀ ਆਗਵਾੰਗ ਫੈਲ ਗਿਆ। ਬੀਤੇ ਵੀਕਐਂਡ 온ਟਾਰੀਓ ਦੇ ਯੂਕੇ ਵੇਰੀਐਂਟ ਜਿਸ ਨੂੰ B117 ਯਾਨੀ ਕਿ BX117 ਵੀ ਕਿਹਾ ਜਾਂਦਾ ਹੈ ਦੇ 15 ਕੇਸਿਸ ਦਰਜ ਕੀਤੇ ਗਏ ਸਨ ਜਿਹੜੇ ਕਿ ਲਗਭਗ 2800 ਸੈਂਪਲਸ ਵਿੱਚੋਂ ਸਾਹਮਣੇ ਆਏ ਸਨ ਇਸ ਵੇਲੇ ਕੈਨੇਡਾ ਦੀ ਜਨਤਕ ਸਿਹਤ ਏਜੰਸੀ ਵੀ ਕੋਵਿਡ ਪੋਜ਼ਿਟਿਵ ਸਵੈਪਸ ਵਿੱਚੋਂ ਇੱਕ ਦੀ ਜਾਂਚ ਕਿਸੇ ਹੋਰ ਪ੍ਰਕਾਰ ਦੇ ਵਾਇਰਸ ਦੇ ਰੂਪ ਵਿੱਚੋਂ ਕਰ ਰਹੀ ਹੈ ਬੈਰੀ ਵਿੱਚ ਰੋਬਰਟਾ ਪਲੇਸ ਤੇ ਵਸਨੀਕਾਂ ਨੂੰ ਵੀਕੈਂਡ ਤੇ ਟੀਕੇ ਲੱਗਨੇ ਸ਼ੁਰੂ ਹੋ ਗਏ ਸਨ ਪਰ ਮਾਹਿਰਾਂ ਮੁਤਾਬਿਕ ਜੇ ਅਜਿਹਾ ਜਲਦੀ ਕੀਤਾ ਜਾਂਦਾ ਤਾਂ ਕਈ ਜਾਨਾਂ ਪਹਚਾਈਆਂ ਜਾ ਸਕਦੀਆਂ ਸਨ ਸੀ ਲੁੱਕ ਐਟ ਦੈਟ ਦੈਸ ਲਾਈਕ ਟੇアリング ਪੇਪਰ ਇਸ ਇਵਨ ਦੂਜੇ ਪਾਸੇ ਲੌਂਗ ਟਰਮ ਕੇਅਰ ਸਟਾਫ ਨੂੰ ਦਿੱਤੀ ਜਾ ਰਹੀ ਪੀਪੀਈ ਦੀ ਗੁਣਵੱਤਾ ਬਾਰੇ ਟਵਿੱਟਰ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਜਿਸ ਦੀ ਹੁਣ ਇੱਕ ਯੂਨੀਅਨ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਜਿਹੜੀ ਲਗਭਗ 60 ਹਜ਼ਾਰ ਫਰੰਟਲਾਈਨ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ ਟੀਕਾ ਕਰਨ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵਿੱਚ ਢਿੱਲੀ ਪੈ ਰਹੀ ਹੈ ਪੈਲੀਏਟਿਵ ਕੇਅਰ ਦੇ ਡਾਕਟਰ ਅਮਿਤ ਆਰਿਆ ਅਨੁਸਾਰ ਸਰਕਾਰ ਨੂੰ ਟੀਕੇ ਲਗਵਾਉਣ ਦੀ ਕੋਈ ਜਲਦੀ ਨਹੀਂ ਹੈ ਜਦ ਕਿ ਸੂਬੇ ਦੁਆਰਾ ਹੁਣ ਤੱਕ ਹਰ ਲੰਮੇ ਸਮੇਂ ਦੇ ਦੇਖਭਾਲ ਕਰਦੇ ਬਾਹਰ ਰੈਫਰੀਜਰੇਟਿਡ ਟਰੱਕਸ ਲਗਾਏ ਹੋਣੇ ਚਾਹੀਦੇ ਸੀ